ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਮ ਲੋਕਾਂ ਨੂੰ ਫੌਰੀ ਸਿਹਤ ਸੇਵਾਵਾਂ ਯਕੀਨੀ ਕਰਨ ਦੇ ਮੰਤਵ ਦੇ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਮੂਹ ਸਿਵਲ ਸਰਜਨਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਮੰਤਰੀ ਸਾਹਿਬਾਨਾਂ ਜਾਂ ਵੀਆਈਪੀਸ ਦੇ ਨਾਲ ਐਂਬੂਲੈਂਸਾਂ ਦੀ ਤੈਨਾਤੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਡਾਕਟਰ ਬਲਬੀਰ ਸਿੰਘ ਰੋਪੜ ਪਹੁੰਚੇ ਅਤੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦਾ ਹੜ੍ਹਾਂ ਦੇ ਲਈ ਗੰਭੀਰ ਹਾਲਾਤਾਂ ਦੇ ਦੌਰਾਨ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਦੇ ਲਈ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਨਿਰੰਤਰ ਮੈਡੀਕਲ ਕੈਂਪ ਲਗਾ ਰਹੀ ਹੈ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਉਪਲਬਧ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੈ ਉੱਥੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਪਹੁੰਚਾਉਣ ਅਤੇ ਐਂਬੂਲੈਂਸਾਂ ਦੀ ਤੈਨਾਤੀ ਯਕੀਨੀ ਤੌਰ ਤੇ ਕੀਤੀ ਜਾਵੇ ਤਾਂ ਜੋ ਲੋੜ ਪੈਣ ਤੇ ਮਰੀਜ਼ਾਂ ਨੂੰ ਹਸਪਤਾਲ ਵਿਖੇ ਲਿਜਾਣ ਦੇ ਵਿੱਚ ਮੁਸ਼ਕਲ ਨਾ ਆਵੇ। ਉਹਨਾਂ ਨੇ ਇਸ ਮੀਟਿੰਗ ਦੇ ਦੌਰਾਨ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਮੈਡੀਕਲ ਸੇਵਾਵਾਂ ਤੋਂ ਇਲਾਵਾ ਰਾਸ਼ਨ ਅਤੇ ਹੋਰ ਲੋੜੀਂਦਾ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਆਪ ਸਭ ਦੇ ਸਹਿਯੋਗ ਨਾਲ ਇੱਕ ਲੋੜਵੰਦ ਨੂੰ ਸਹਾਇਤਾ ਦਿੱਤੀ ਜਾ ਸਕੇ। ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕਿਤ ਕੁਮਾਰ ਦੀ ਰਿਪੋਰਟ। ਰੋਪੜ ਪੁੱਜੇ ਹੋ ਸਰ, ਕੀ ਕਹਿਣਾ ਚਾਹੋਗੇ ਅੱਜ ਤੁਸੀਂ? ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੈਸੇ ਤਾਂ ਸਾਰੇ ਨਾਰਥਨ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ ਹੜ੍ਹਾਂ ਦੀ ਜਿਹੜੀ ਬੜੇ ਭਿਆਨਕ ਕਿਸਮ ਦੀ ਜਿਹੜੇ ਹੜ੍ਹ ਆਏ ਆ, ਸੋਰੀ ਬੜੀ ਦੇਰ ਬਾਅਦ ਆਏ ਆ, 25 ਸਾਲ ਬਾਅਦ। ਔਰ ਉਹਦੇ 'ਚ ਪਹਿਲਾ ਜਿਹੜਾ ਸਾਡਾ ਕੰਮ ਸੀਗਾ ਉਹ ਰੈਸਕਿਊ ਕੀਤਾ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਹੈਗੇ ਆ, ਡਿਪਟੀ ਕਮਿਸ਼ਨਰ, SSP, ਸਾਡੇ MLA ਸਾਹਿਬਾਨ, ਮਿਨਿਸਟਰਸ, ਔਰ ਸਾਡੇ ਮੁੱਖ ਮੰਤਰੀ ਨੇ ਹੀ ਲੈਟ ਅਸ ਫਰੋਮ ਦਾ ਫਰੰਟ। ਅਤੇ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਸੀਗਾ, ਮੈਂ ਵੀ ਆਪਣੇ ਹਲਕੇ ਦੇ ਵਿੱਚ ਅਸੀਂ ਸਾਰਿਆਂ ਨੇ ਜਿਹੜੇ ਮੇਰੇ ਨਾਲ ਡਾਕਟਰ ਚਰਨਜੀਤ ਅਤੇ ਚੱਡਾ ਸਾਹਿਬ ਬੈਠੇ ਆ ਤੁਹਾਡੇ MLA ਸਾਹਿਬਾਨ, ਅਸੀਂ ਆਪਣੇ ਏਰੀਏ ਦੇ ਵਿੱਚ ਰੈਸਕਿਊ ਕੀਤਾ ਔਰ ਲੋਕਾਂ ਨੂੰ ਰਿਲੀਫ ਮਟੀਰੀਅਲ ਸਾਰਾ ਪਹੁੰਚਾਇਆ ਪ੍ਰਸ਼ਾਸਨ ਦੇ ਨਾਲ ਮਿਲ ਕੇ। ਔਰ ਇਹਦੇ ਵਿੱਚ ਮਿਲਟਰੀ ਨੇ, NGOs ਨੇ, ਧਾਰਮਿਕ ਸੰਸਥਾਵਾਂ ਨੇ, ਸਾਰਿਆਂ ਨੇ ਬਹੁਤ ਅੱਛਾ ਯੋਗਦਾਨ ਦਿੱਤਾ। ਔਰ ਇਸ ਵਾਰੀ ਸਾਡੀ ਮੌਤਾਂ ਬਹੁਤ ਘੱਟ ਹੋਈਆਂ ਔਰ ਅਸੀਂ ਲੋਕਾਂ ਨੂੰ ਰੈਸਕਿਊ ਕਰ ਸਕੇ, ਰਿਲੀਫ ਪਹੁੰਚਾ ਸਕੇ। ਬਟ ਹੁਣ ਜਿਹੜਾ ਸਭ ਤੋਂ ਵੱਡਾ ਚੈਲੇਂਜ ਆ, ਜੋ ਮੇਰਾ ਪਰਪਸ ਅੱਜ ਇੱਥੇ ਆਉਣ ਦਾ, ਉਹ ਹੈਗਾ ਕਿ ਇਮੀਡੀਏਟਲੀ ਜਦੋਂ ਪਾਣੀ ਰਿਸੀਵ ਕਰਦੇ ਆ, ਸਟੈਗਨੈਂਟ ਵਾਟਰ ਹੁੰਦੇ ਆ, ਜਾਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਰੀਸਟੋਰ ਹੋਈ, ਜਾਂ ਜਦੋਂ ਇੱਕ ਵਾਰੀ ਫਾੜ ਤੋਂ ਬਾਅਦ ਪਾਣੀ ਰੀਸਟੋਰ ਕਰਦੇ ਹਾਂ, ਤਾਂ ਉਹਦੇ ਨਾਲ ਵਾਟਰਬੋਰਨ ਡਿਜ਼ੀਜ਼ ਜਿਵੇਂ ਗੈਸਟਰੋਐਂਟਾਈਟਿਸ, ਡਾਇਰੀਆ, ਕੋਲਰਾ ਜਾਂ ਇਹ ਵਾਲੀ ਬਿਮਾਰੀਆਂ ਦਾ ਖਤਰਾ ਬਹੁਤ ਹੁੰਦਾ, ਔਰ ਵੈਕਟਰਬੋਰਨ ਮੱਖੀਆਂ ਅਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਬਹੁਤ ਖਤਰਾ ਹੁੰਦਾ। ਸੋ ਉਹ ਇੱਕ ਕੋਆਰਡੀਨੇਟਡ ਐਫਰਟ ਅਸੀਂ ਇਸ ਵਾਰੀ ਪੰਜਾਬ ਦੇ ਲੈਵਲ 'ਚ ਸਾਰੇ ਲੈਵਲ ਦੇ ਉੱਤੇ ਅਸੀਂ ਜਿੰਨੇ ਵੀ ਸਾਡੀ ਮੈਡੀਕਲ ਪ੍ਰੋਡਕਟਿਵਿਟੀ ਹੈਗੀ ਆ, ਚਾਹੇ ਉਹ ਗਵਰਨਮੈਂਟ ਦੇ ਡਾਕਟਰ ਆ, ਸਰਕਾਰੀ ਆ, ਜਾਂ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ, ਜਾਂ ਕਾਰਪੋਰੇਟ ਹੋਸਪਿਟਲ ਆ, ਅਸੀਂ ਕੋਆਰਡੀਨੇਟਡ ਐਫਰਟ ਕਰ ਰਹੇ ਹਾਂ। ਇਹ ਸ਼ੁਰੂਆਤ ਇਹਦੀ ਪਟਿਆਲੇ ਤੋਂ ਹੋਈ ਸੀ ਕਿਉਂਕਿ ਮੈਂ ਉੱਥੇ ਡਿਊਰਿੰਗ ਰੈਸਕਿਊ ਐਂਡ ਰਿਲੀਫ ਹੀ ਹੋ ਗਈ ਸੀ। ਅਸੀਂ IMA ਨੇ ਸਾਨੂੰ 13 ਟੀਮਾਂ ਦਿੱਤੀਆਂ ਉੱਥੇ, 13 ਟੀਮਸ ਜਿਹੜੀਆਂ ਕਿ ਮੋਬਾਈਲ ਟੀਮ, ਐਂਬੂਲੈਂਸ ਵੀ ਉਹਨਾਂ ਦੀ ਆ, ਡਾਕਟਰਸ ਵੀ, ਸਟਾਫ ਵੀ ਉਹਨਾਂ ਦਾ, ਔਰ ਦਵਾਈਆਂ ਉਹਨਾਂ ਦੇ ਆ, ਉਹਨਾਂ ਨੇ ਸਾਡੇ ਐਫਰਟ ਨੂੰ ਸਪਲੀਮੈਂਟ ਕੀਤਾ। ਇਸੇ ਤਰ੍ਹਾਂ ਕਾਰਪੋਰੇਟ ਹੋਸਪਿਟਲ ਨੇ ਕੀਤਾ, 10 ਹੋਸਪਿਟਲ ਨੇ ਕਿਹਾ ਕਿ ਅਸੀਂ ਜਿੰਨੀ ਦੇਰ ਤੁਹਾਡੇ ਫਲੱਡ ਰਿਲੇਟਡ ਐਮਰਜੈਂਸੀ ਚੱਲਦੀ ਆ, ਅਸੀਂ ਜਿਹੜਾ ਵੀ ਤੁਹਾਡਾ ਕੋਈ ਫਲੱਡ ਅਫੈਕਟਡ ਵਿਕਟਮ ਆਏਗਾ ਉਹ ਤਾਂ ਅਸੀਂ ਇਲਾਜ ਫਰੀ ਕਰਾਂਗੇ। ਸੋ ਇਹ ਵੀ ਇੱਕ ਬਹੁਤ ਅੱਛਾ ਉਹਨਾਂ ਦਾ ਜੈਸਚਰ ਸੀਗਾ। ਸੋ ਉਹਦੇ ਨਾਲ ਸਾਨੂੰ, ਮੈਨੂੰ ਲੱਗ, ਪਲੱਸ ਜਿਹੜੀਆਂ ਹੋਰ ਉਹ ਕਮਿਟਮੈਂਟਸ ਦੇਣਗੇ, ਇਸੇ ਤਰ੍ਹਾਂ ਅਸੀਂ NGO ਨਾਲ ਕਰ ਰਹੇ ਹਾਂ। ਸੋ ਦੈਟ ਇਜ਼ ਦਾ ਪਰਪਸ ਕਿ ਅਸੀਂ ਕੋਈ ਵੀ, ਮੈਂ ਲੋਕਾਂ ਨੂੰ ਸ਼ੋਅਰ ਕਰਨਾ ਚਾਹੁੰਦਾ ਕਿ ਸਾਡੀ ਗਵਰਨਮੈਂਟ ਫੁੱਲੀ ਗੀਅਰਡ ਹੈ। ਮਾਨ ਸਾਹਿਬ ਨੇ ਕਿਹਾ ਵੀ ਮੈਂ ਕਿਤੇ ਵੀ ਕੱਟ ਢਾਲ ਦਾਂਗਾ, ਰੋਡਸ ਆਫ ਪੈਸੇ ਦੀ ਤੁਹਾਨੂੰ ਕੋਈ ਕਮੀ ਨਹੀਂ ਆਣ ਦਿਆਂਗੇ, ਜੋ ਤੁਹਾਨੂੰ ਚਾਹੀਦਾ ਦੱਸੋ, ਸਾਰਾ ਕੁਝ ਦਿਆਂਗੇ। ਤੁਸੀਂ ਬਜਟ ਬਾਰੇ ਨਾ ਸੋਚੋ ਵੀ ਕਿੰਨੇ ਪੈਸੇ ਦਿੱਤੇ, ਤੁਸੀਂ ਦੱਸੋ ਤੁਹਾਨੂੰ ਚਾਹੀਦੇ ਕਿੰਨੇ ਆ। ਸੋ ਹੀ ਸੈਡ ਕਿ ਦ ਫੰਡਸ ਵਿਲ ਬੀ ਪ੍ਰੋਵਾਈਡਡ। ਸੋ ਮੈਂ ਸਾਰਿਆਂ ਨੂੰ ਜਾ ਕੇ ਇਹੀ ਗੱਲ ਕਹਿ ਰਿਹਾ ਕਿ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਕੀ ਹੈ, ਵੀ ਵਿਲ ਪ੍ਰੋਵਾਈਡ ਐਵਰੀਥਿੰਗ। ਅਸੀਂ ਕੋਈ ਵੀ ਮੇਜਰ ਆਊਟਬ੍ਰੇਕ ਨਹੀਂ ਹੋਣ ਦਿਆਂਗੇ, ਜਿੱਥੇ ਕਿਤੇ ਸਪੋਰੈਡਿਕ ਕੇਸਿਸ ਹੋਣਗੇ ਅਸੀਂ ਵੀ ਵਿਲ ਅਸ਼ੋਰ ਕਿ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਵੀ ਮਿਲੇ, ਔਰ ਜੇ ਲੋੜ ਪਵੇ ਤਾਂ ਉਹਨਾਂ ਨੂੰ ਮੈਡੀਕਲ ਏਡ ਵੀ ਮਿਲੇ, ਤਾਂ ਕਿ ਉਹ ਹੋਵੇ ਅਤੇ ਐਟਲੀਸਟ ਫੋਰ ਸਮ ਟਾਈਮ ਲੋਕਾਂ ਨੂੰ ਜਿਹੜਾ ਹੈਗਾ ਉਹ ਅਸੀਂ ਸੇਫ ਡਰਿੰਕਿੰਗ ਵਾਟਰ। ਇਹ ਜਿਹੜਾ ਸਾਰਾ ਕੁਛ ਸਾਡੀ ਫੋਗਿੰਗ ਸ਼ੁਰੂ ਕਰਾਉਣੀ ਹੈ, ਫੋਗਿੰਗ ਸਿਵਲ ਸਰਜਨ ਸਾਹਿਬ, ਹਾਂਜੀ ਸਰ, ਆਪਣੇ ਅੱਜ ਫੋਗਿੰਗ ਸ਼ੁਰੂ ਹੋ ਜਾਏਗੀ ਸਰ? ਅਸੀਂ ਸ਼ੁਰੂ ਕਰ ਦਿੱਤੀ ਹੈਗੀ, ਕਰ ਦਿੱਤੀ ਹੋਈ, ਆਲਰੇਡੀ ਕਰ ਦਿੱਤੀ ਹੋਈ ਹੈ, ਉਹਨੂੰ ਅਸੀਂ ਡਰੇਨ ਆਊਟ ਕਰ ਰਹੇ ਹਾਂ ਜੀ। ਥੋੜ੍ਹਾ ਦੇਖੋ, ਯੂ ਹੈਵ ਟੂ, ਜਦੋਂ ਆਪਾਂ ਪਹਿਲਾਂ ਰੈਸਕਿਊ ਕਰਦੇ ਹਾਂ, ਜਦੋਂ ਤੁਹਾਡੇ ਰੋਪੜ ਸਾਡੇ ਪਟਿਆਲੇ 'ਚ ਰੈਸਕਿਊ ਹੋ ਗਿਆ, ਦੈਨ ਵੀ ਵੈਂਟ ਟੂ ਦੂਦਨ ਸਾਧਾ, ਸਾਰਾ ਜਿੰਨਾ ਸਾਡੀ ਮੈਨ ਪਾਵਰ ਸੀ, ਦੈਨ ਵੀ ਵੈਂਟ ਟੂ ਪਾਤਰਾ। ਸੋ ਜਿਹੜਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵਾਸਤੇ ਪਹਿਲਾ ਪਰਪਸ ਹੈ ਰੈਸਕਿਊ ਕਰਨਾ, ਉਹਨਾਂ ਨੂੰ ਰਿਲੀਫ ਮਟੀਰੀਅਲ ਦੇਣਾ। ਇਸ ਵਾਰੀ ਅਸੀਂ ਇਹ ਕੀਤਾ ਸੀਗਾ ਪਟਿਆਲੇ 'ਚ ਵੀ, ਬਾਕੀ ਜਗ੍ਹਾ 'ਤੇ ਵੀ, ਜਦੋਂ ਤੁਹਾਨੂੰ ਬੋਟ ਰੈਸਕਿਊ ਕਰਕੇ ਲੈ ਕੇ ਆ ਰਹੀ ਹੈ, ਜਿੱਥੇ ਤੁਸੀਂ ਪਹੁੰਚੋਗੇ ਉੱਥੇ ਐਂਬੂਲੈਂਸ ਖੜੀ ਮਿਲੇਗੀ। ਪਰ ਇਹ ਅਸੀਂ ਕੀਤਾ ਜੀ, ਉੱਥੇ ਐਂਬੂਲੈਂਸ ਖੜੀ ਆ, ਉੱਥੇ ਕਿਸੇ ਨੂੰ ਪੱਟੀ ਕਰਨੀ ਹੈ, ਕਿਸੇ ਨੂੰ ਬੁਖਾਰ ਹੈ, ਖਾਂਸੀ ਹੈ, ਟੱਟੀਆਂ ਉਲਟੀਆਂ ਹੈਗੀਆਂ, ਸੋ ਇਹ ਅਸੀਂ ਕਰ ਰਹੇ ਹਾਂ ਵੀ ਜਦੋਂ ਬੰਦਾ ਬਿਮਾਰ ਹੁੰਦਾ ਉਹਨੂੰ ਉਹਦੇ ਮੁਹੱਲੇ ਦੇ ਵਿੱਚ ਸੇਵਾ ਮਿਲ ਜਾਵੇ। ਔਰ ਜਿਹੜੇ ਸਾਡੇ MLA ਸਾਹਿਬਾਨ ਹੈ ਉਹ ਸਾਡੇ ਵਲੰਟੀਅਰਸ ਹੈਗੇ,
ਕਿਸੇ ਦੀ ਦਵਾਈ ਤਾਂ ਨਹੀਂ ਮੁੱਕੀ ਹੋਈ, ਕੋਈ ਸ਼ੂਗਰ ਦਾ ਮਰੀਜ਼ ਆ, ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਆ, ਉਹਨਾਂ ਦੀ ਮੈਡੀਸਨ ਖਤਮ ਹੋ ਜਾਂਦੀ ਆ, ਉਹਨਾਂ ਨੂੰ ਮੈਡੀਸਨ ਦੇ ਦਿੰਦੇ ਆ, ਤੇ ਜਦੋਂ ਐਂਬੂਲੈਂਸ ਆਉਂਦੀ ਆ ਉਹ ਫਿਰ ਉਹਨਾਂ ਨੂੰ ਜਿਹੜੇ ਉੱਥੇ ਬੰਦੇ ਇਕੱਠੇ ਕਰ ਲੈਂਦੇ ਉਹਨਾਂ ਨੂੰ ਦਵਾਈ ਦੇ ਕੇ ਅੱਗੇ ਨਿਕਲ ਜਾਂਦੇ ਆ। ਸੋ ਇੱਕ ਮਤਲਬ ਇਹ ਥੋੜ੍ਹੀ ਜਿਹੀ ਇਹਦੀ ਵਰਕਿੰਗ ਹੋਰ ਸਮੂਥ ਹੋ ਜਾਏਗੀ, ਯੂ ਵਿਲ ਸੀ ਲੋਟ ਆਫ ਵਾਕਿੰਗ ਆਨ ਕਮ ਇਨ ਡੇਜ਼ ਟੂ ਕਮ। ਬਾਕੀ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਿੱਥੇ ਥੋੜ੍ਹਾ ਮੋਟਾ ਪਾਣੀ ਉਹਦਾ ਬੜਾ ਇੱਕ ਸਸਤਾ ਸੁੰਦਰ ਤਰੀਕਾ ਹੈਗਾ ਉਹਦਾ, ਜਿੰਨਾ ਵੀ ਤੁਹਾਡਾ ਬੰਟ ਆਇਲ ਹੈ ਨਾ ਜੀ, ਜਿਹੜੇ ਲੋਕ ਆ ਤੁਹਾਡੇ ਹਲਵਾਈ ਹੁੰਦੇ ਆ ਪਕੌੜਿਆਂ ਵਾਲੇ, ਦੂਜੇ ਜਿਹੜੇ ਕਚੌਰੀਆਂ ਵਗੈਰਾ ਬਣਾਉਂਦੇ ਆ, ਉਹਨਾਂ ਜਿੰਨੇ ਵੀ ਰੈਸਟੋਰੈਂਟ ਆ ਸਾਰਿਆਂ ਕੋਲ ਹੁੰਦਾ ਜੀ, ਉਹ ਸੂਰਾਂ ਵਾਲਿਆਂ ਨੂੰ ਵੇਚਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਬੋਤਲ 'ਚ ਲਾ ਲਓ, ਦੋ ਤਿੰਨ ਮੋਰੀਆਂ ਕਰ ਲਓ, ਜਿੱਥੇ ਉਹਦੇ 'ਤੇ ਥੋੜ੍ਹਾ ਜਿਹਾ ਉੱਪਰ ਛਿੜਕ ਦਿਓ, ਮੱਛਰ ਉਹਦੇ ਨਾਲ ਮਰਦੇ ਆ। ਤੁਸੀਂ ਮੋਸਕੀਟੋ ਨੈੱਟ ਯੂਜ਼ ਕਰ ਸਕਦੇ ਹੋ, ਬਹੁਤ ਸਾਰੀਆਂ NGOs ਆ ਰਹੀਆਂ, ਅਸੀਂ ਉਹ ਵੀ ਦੇ ਰਹੇ ਹਾਂ, ਮੋਸਕੀਟੋ ਰਿਪੈਲੈਂਟਸ ਵੀ ਦੇ ਰਹੇ ਹਾਂ ਅਸੀਂ ਬਹੁਤ ਜਗ੍ਹਾ ਦੇ ਉੱਤੇ ਜਿੱਥੇ ਲੋਕਾਂ ਨੂੰ ਲੋੜ ਆ। ਆਹ ਅਸੀਂ ਪਾਣੀ ਡਰੇਨ ਆਊਟ ਕਰ ਰਹੇ ਹਾਂ, ਗਾਰਬੇਜ ਕਲੀਅਰ ਕਰ ਰਹੇ ਹਾਂ, ਸਰਵਿਸ ਰੀਸਟੋਰ ਕਰ ਰਹੇ ਹਾਂ, ਵਲੌਗਿੰਗ ਕਰ ਰਹੇ ਹਾਂ, ਇਹਦੇ ਇਟ ਵਿਲ ਟੇਕ 1 or 2 days ਮਤਲਬ ਬਿਫੋਰ ਯੂ ਸੀ ਦੈਟ। ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਸ ਵਾਸਤੇ ਡਾਕਟਰ ਸਾਹਿਬ ਜਿੰਨਾ ਤੁਹਾਨੂੰ ਬਜਟ ਚਾਹੀਦਾ ਦੱਸੋ, ਦੇਰ ਇਜ਼ ਨੋ ਲਿਮਿਟ ਫੋਰ ਦਿਸ, ਲੋਕਾਂ ਦੀ ਹੈਲਥ 'ਤੇ ਕੋਈ ਕੰਪਰੋਮਾਈਜ਼ ਨਹੀਂ ਹੈ, ਅਨਲਿਮਿਟਡ ਬਜਟ ਆ ਮੁੱਖ ਮੰਤਰੀ ਸਾਹਿਬ। ਅਸੀਂ ਬਹੁਤ ਕੋਸ਼ੀਅਸਲੀ ਜਿਹੜਾ ਹੈਗਾ, ਕਿਉਂਕਿ ਜਿਹੜਾ ਸਾਡਾ ਮੇਨ ਬਜਟ ਅਸੀਂ ਚਾਹੁੰਦੇ ਹਾਂ ਲੋਕਾਂ ਦੀਆਂ ਲਾਈਫ ਨੂੰ ਲਾਈਫ ਲਈ ਰੀਬਿਲਡ ਕਰਨ, ਜਿਹੜਾ CM ਰਿਲੀਫ ਫੰਡ ਦੇ ਵਿੱਚ ਇੱਕ ਇੱਕ ਪੈਸਾ ਤੁਸੀਂ ਦਿਓਗੇ ਉਹ ਕਿਸੇ ਨਾ ਕਿਸੇ ਪਰਿਵਾਰ ਦੀ ਜ਼ਿੰਦਗੀ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਵਾਲਾ। ਜੇ ਕੋਈ ਵੈਜੀਟੇਬਲ ਵੈਂਡਰ ਸੀਗਾ ਉਹਦਾ ਵਿਚਾਰੇ ਦਾ ਸਮਾਨ ਖਰਾਬ ਹੋ ਗਿਆ, ਉਹਨੂੰ ਕਿੰਨੇ ਪੈਸੇ ਚਾਹੀਦੇ, 20-50 ਹਜ਼ਾਰ ਰੁਪਏ ਦਾ ਕੰਮ ਸ਼ੁਰੂ ਹੋ ਜਾਏਗਾ, ਦੁਕਾਨਦਾਰ ਦਾ 50 ਹਜ਼ਾਰ ਸ਼ੁਰੂ ਹੋ ਜਾਏਗਾ, ਕੋਈ ਬਿਜ਼ਨਸਮੈਨ ਹੈ ਉਹ 1 ਲੱਖ ਰੁਪਏ ਹੋ ਜਾਏਗਾ, ਬਾਕੀ ਅਗਲਾ ਕੁਛ ਕਰਜ਼ਾ ਲੈ ਲਏਗਾ ਕੁਛ ਕਰ ਲਏਗਾ। ਸੋ ਮੇਨ ਕੰਮ ਸਾਡਾ ਉਹ ਵੀ ਹੈ, ਅਸੀਂ ਉਹਦੇ 'ਤੇ ਵੀ ਕਰ ਰਹੇ ਹਾਂ। ਅਸੀਂ ਇਸੇ ਕਰਕੇ ਮੈਂ ਜਿਹੜਾ ਹੈਗਾ ਉਹ NGOs ਤੋਂ ਔਰ ਜਿਹੜੇ IMA ਦੀ ਕੋਆਰਡੀਨੇਸ਼ਨ ਕਰ ਰਹੇ ਹਾਂ, ਔਰ ਲੋਕ ਪੀਪਲ ਵਾਂਟ ਟੂ ਪਾਰਟੀਸਪੇਟ। ਸਾਡੇ ਪਟਿਆਲੇ 'ਚ ਖਾਲਸਾ ਏਡ ਨੇ ਬਹੁਤ ਯੋਗਦਾਨ ਪਾਇਆ, ਇਸੇ ਤਰ੍ਹਾਂ ਜਿਹੜੇ ਤੁਹਾਡੇ ਆਪਣੇ ਵਿਆਹ ਸਤਸੰਗ ਵਾਲੇ ਹੈਗੇ ਆ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈਗਾ, SD ਕੁਮਾਰ ਸਭਾ ਹੈਗੇ ਆ, ਮਤਲਬ ਹੋਰ ਜਿਹੜੇ ਤੁਹਾਡੇ ਮਸਜਿਦ ਵਾਲੇ ਹੈਗੇ ਆ ਮਿੱਠੇ ਚੌਕ ਬਣਾ ਕੇ। ਸੋ ਜਿਹੜੀਆਂ ਧਾਰਮਿਕ ਸੰਸਥਾਵਾਂ ਵੀ ਔਰ ਜਿਹੜੀਆਂ NGOs ਵੀ ਹੈਗੀਆਂ, ਰੋਟਰੀ, ਲਾਇਨਸ, ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹੈਗੀਆਂ। ਸੋ ਉਹ ਸਾਨੂੰ ਐਂਬੂਲੈਂਸਸ ਵੀ ਦੇ ਰਹੇ ਆ, ਮੈਡੀਸਨ ਵੀ ਦੇ ਰਹੇ ਆ, ਮੋਬਾਈਲ ਟੀਮਸ ਵੀ ਦੇ ਰਹੇ ਆ, ਨਰਸਿੰਗ ਹੋਮ ਸਾਰੇ ਇੰਡੀਵਿਜੁਅਲ, ਹਰ ਬੰਦਾ ਕਹਿੰਦਾ ਡਾਕਟਰ ਸਾਹਿਬ ਮੇਰੀ ਇੱਕ ਐਂਬੂਲੈਂਸ ਫੁੱਲੀ ਇਕਵਿਪ ਵਿਦ ਮੈਡੀਸਨ ਐਂਡ ਸਟਾਫ ਇਜ਼ ਅਵੇਲੇਬਲ ਫੋਰ ਯੂ ਜਿੰਨੀ ਦੇਰ ਤੁਹਾਨੂੰ ਚਾਹੀਦੀ ਆ, ਔਰ ਮੈਂ 5 ਬੈੱਡ, ਬਹੁਤ ਸਾਰੇ ਹੋਸਪਿਟਲ ਨੇ, ਕੱਲ੍ਹ ਵੀ ਤੁਹਾਡੇ ਮੁਹਾਲੀ ਦੇ ਵਿੱਚ 5-6 ਹਸਪਤਾਲਾਂ ਨੇ ਕਿਹਾ ਅਸੀਂ ਜਿਹੜੇ 5 ਬੈੱਡਸ ਆ ਉਹ ਜਿਹੜੇ ਹਰ ਪੀੜਤ ਵਾਸਤੇ ਅਸੀਂ ਰਿਜ਼ਰਵ ਕਰਦੇ ਹਾਂ। ਅਸੀਂ ਆਪਣੇ ਗੌਰਮੈਂਟ ਦੇ ਮੈਡੀਕਲ ਕਾਲਜਿਸ ਵਿੱਚ, ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਸਾਡੇ ਕੋਲ 20 ਬੈੱਡਸ ਆ ਜਿਹੜੇ ਅਸੀਂ ਆਲਰੇਡੀ ਕਰੋਨਾ ਵਾਸਤੇ ਰੱਖੇ ਹੋਏ ਸੀਗੇ। ਸੋ ਨਾ ਉਹ ਐਮਰਜੈਂਸੀ ਬਲੱਡ ਰਿਲੇਟਡ, ਵਾਟਰ ਬੋਰਨ ਜਾਂ ਵੈਟਰ ਬੋਰਨ ਜੇ ਆਣ ਗਿਆ, ਇਸ ਤੋਂ ਸਿਵਾਏ ਜਿਹੜੇ ਬਲੱਡ ਕੰਪੋਨੈਂਟਸ ਅਸੀਂ ਉਹਨਾਂ ਦਾ ਪੂਰਾ ਅਰੇਂਜ ਕਰ ਲਿਆ ਸਟੇਜ ਦੇ ਵਿੱਚ। ਕਿਸੇ ਨੂੰ ਪਲੇਟਲੈਟਸ ਦੀ ਕੁਝ ਲੋੜ ਪਵੇਗੀ, ਰੱਬ ਨਾ ਕਰੇ, ਉਹ ਵੀ ਅਸੀਂ ਦਿਆਂਗੇ। ਔਰ ਸਟੇਟ ਦੇ ਵਿੱਚ ਸਮਵੇਅਰ ਮਤਲਬ ਇੱਕ ਹੋਲਡਰ ਦਾ ਕੇਸ ਆਇਆ ਸੀਗਾ, ਉੱਥੇ ਮੈਂ ਸਾਰੇ SOPs ਆਪ ਜਾ ਕੇ ਲਾਗੂ ਕਰਵਾ ਕੇ ਆਇਆ, ਉਹਦੀ ਵਾਟਰ ਸਪਲਾਈ ਕੱਟ ਕਰਤੀ, ਅਸੀਂ ਸਾਰਾ ਕੁਛ ਟ੍ਰੇਨ ਕਰਤਾ, ਉਹਨਾਂ ਨੂੰ ਅਸ਼ੋਰਡ ਜਿਹੜੀ ਹੈਗੀ ਆ ਵਾਟਰ ਟੈਂਕ ਕਰਨਾ ਪਾਣੀ ਦੇ ਰਹੇ ਹਾਂ, ਸਾਰੀ ਟੈਸਟਿੰਗ ਹੋ ਰਹੀ ਆ ਉਹਨਾਂ ਦੀ, ਪਹਿਲਾਂ ਸਾਡੇ ਹਸਪਤਾਲ ਤੋਂ, ਸਾਡੀ ਲੈਬੋਰਟਰੀ ਤੋਂ, ਫਿਰ PGI ਤੋਂ, ਉਹਦਾ ਸਿਰਫ ਇੱਕ ਕੇਸ ਕਨਫਰਮ ਹੋਇਆ, ਲੇਕਿਨ ਵੀ ਆਰ ਟੇਕਿੰਗ ਨੋ ਚਾਂਸਿਸ, ਕੋਈ ਵੀ ਮੇਜਰ ਐਪੀ ਡੈਮਪ ਨਹੀਂ ਹੁੰਦਾ। ਆਈ ਵਾਂਟ ਟੂ ਅਸ਼ੋਰ ਪੀਪਲ ਇਟ ਹੈਪਨ ਸਮਵੇਅਰ ਇਨ ਪੰਜਾਬ ਐਟ ਵਨ ਪਲੇਸ ਓਨਲੀ। ਸੋ ਅਸੀਂ ਡੇਲੀ ਸਵੇਰੇ 7 ਵਜੇ, ਸ਼ਾਮ ਨੂੰ 9 ਵਜੇ ਆਈ ਰਿਵਿਊ ਦਾ ਸਿਚੁਏਸ਼ਨ ਇਨ ਦਾ ਇੰਟਾਇਰ ਸਟੇਟ ਕਿ ਕਿੱਥੇ ਕੋਈ ਮਤਲਬ ਇਫ ਦੇਰ ਆਰ ਐਨੀਵੇਅਰ ਮੋਰ ਦੈਨ 5 ਕੇਸਿਸ ਦੈਨ ਵੀ ਬ੍ਰਿੰਕ ਵੈਰੀ ਸ਼ਾਰਪ ਫੋਕਸ ਓਨ ਦੈਟ। ਮੈਂ ਜਿਹੜੇ ਫੌਰੀ ਤੌਰ 'ਤੇ ਜਿਹੜੇ ਡਾਕਟਰਾਂ ਦੀ ਭਰਤੀ ਦੀ 2000 ਇੰਪਲਾਈਜ਼ ਦੀ ਸਾਡੀ ਰਿਕੁਆਜ਼ੀਸ਼ਨ ਗਈ ਹੋਈ ਆ ਉਹ ਆ ਜਾਣਗੇ। ਅਸੀਂ ਜੋ ਇਮੀਡੀਏਟਲੀ ਹਾਊਸ ਸਰਚ ਹੁੰਦੇ ਫੋਰ 6 ਮੰਥਸ, ਮੈਂ 550 ਭਰਤੀ ਕਰਕੇ ਇਹਨਾਂ ਕੋਲ 10 ਡਾਕਟਰਸ ਆ ਗਏ। ਆਈ ਥਿੰਕ ਇਟਸ ਅਨਪ੍ਰੈਸੀਡੈਂਟਡ ਰਿਸਪੋਂਸ, ਠੀਕ ਹੈ ਜੀ। 10 ਡਾਕਟਰਸ ਇਮੀਡੀਏਟਲੀ ਆ ਗਏ, ਐਂਡ ਯੰਗ ਬੋਇਜ਼ ਐਂਡ ਗਰਲਸ ਦੇ ਆਰ ਵਰਕਿੰਗ ਡੇ ਐਂਡ ਨਾਈਟ। ਜਿਹੜਾ ਹਾਊਸ ਸਰਜਨ ਹੁੰਦਾ ਹੀ ਵਰਕਸ 24/7, ਉਹ 24 ਘੰਟੇ ਕੰਮ ਕਰਦੇ ਆ। ਔਰ ਸਾਡੇ ਕੋਲ ਤੁਹਾਡੇ ਇਹਨਾਂ ਇੱਕ ਡਿਸਟ੍ਰਿਕਟ ਰੈਜੀਡੈਂਸੀ ਪ੍ਰੋਗਰਾਮ ਹੈ, 12-13 ਡਾਕਟਰ ਹੋਰ ਆ ਰਹੇ ਆ, ਉਹਦੇ ਵਾਸਤੇ ਚੱਡਾ ਸਾਹਿਬ ਨੇ ਅਕੋਮੋਡੇਸ਼ਨ ਅਰੇਂਜ ਕੀਤੀ ਉਹਨਾਂ ਵਾਸਤੇ। ਸੋ ਯੂ ਵਿਲ ਬੀ ਗੈਟਿੰਗ ਫਰੋਮ ਮੈਡੀਕਲ ਕਾਲਜਿਸ, ਉਹਨਾਂ ਦਾ ਅਸੀਂ ਟੈਲੀਮੈਡੀਸਨ ਸ਼ੁਰੂ ਕਰਤੀ ਹੈ, ਮੈਡੀਕਲ ਕਾਲਜ ਨਾਲ ਟੱਚ ਹੋਣਗੇ। ਸੋ ਅਸੀਂ ਜਿਹੜਾ ਵੀ ਸਾਰਾ ਕੰਮ ਹੈ, ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ, ਅਸੀਂ ਵਾਰ ਫੁਟੇਜ 'ਤੇ ਕਰ ਰਹੇ ਹਾਂ, ਔਰ ਹਰ ਵੇਲੇ ਅਸੀਂ, ਮੈਂ ਹੁਣ ਪੰਜਾਬ ਦੇ ਟੂਰ 'ਤੇ ਜਾ ਰਿਹਾ, ਮੈਂ ਪੰਜਾਬ ਦਾ ਸਾਰਾ ਟੂਰ ਕਰਕੇ ਫਲੱਡ ਇਫੈਕਟਡ ਡਿਸਟ੍ਰਿਕਟ ਦਾ, ਓਨਲੀ ਦੈਨ ਆਈ ਵਿਲ ਗੋ ਬੈਕ। ਮੈਂ ਆਪਣੇ ਕੋਸਟੀਚੁਐਂਸੀ ਵਾਲਿਆਂ ਤੋਂ ਵੀ ਮਾਫੀ ਮੰਗੀ ਹੈ ਕਿ ਮੇਰੇ ਕੋਲ ਸਟੇਟ ਦੀ ਜ਼ਿੰਮੇਵਾਰੀ ਆ, ਔਰ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਹੈ, ਔਰ ਉਹਦੀ ਟੀਮ ਬਣਾਈ ਹੈ ਪਿੱਛੇ, ਜਿਹੜੀ ਮਤਲਬ ਮੇਰੀ ਬੈਕਅਪ ਟੀਮ ਹੈ ਜਿਹੜੀ ਸਾਰਾ ਕੰਮ ਪਿੱਛੋਂ ਕਰ ਰਹੀ, ਹਾਲਾਂਕਿ ਮੇਰੇ ਵੀ 3 ਕੋਲੋਨੀਜ਼ ਡੁੱਬੀਆਂ ਹੋਈਆਂ। ਸੋ ਮੈਂ ਕੰਟੀਨਿਊਸਲੀ ਇਨ ਟੱਚ ਹੈ ਫਿਰ ਤਾਂ। ਸੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਦੋਂ ਸਮਟਾਈਮਸ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਮਤਲਬ ਅਸੀਂ, ਬਟ ਵੀ ਆਰ ਡੂਇੰਗ ਐਟ ਅ ਵੈਰੀ ਫਾਸਟ ਪੇਸ।